ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਵੱਡਾ ਝਟਕਾ ਕੈਨੇਡਾ ਨੇ ਇਮੀਗ੍ਰੇਸ਼ਨ ਆਫ ਫੀਸਾਂ ਦੇ ਵਿੱਚ 12% ਦੀ ਕੀਤਾ ਵਾਦਾ ਤਾਂ ਦੋਸਤੋ ਇਮੀਗ੍ਰੇਸ਼ਨ ਆ ਰਿਫਿਊਜੀ ਜਾਤੇ ਸ਼ਿਟਿਜਨ ਸਪਾਕ ਕੈਨੇਡਾ ਨੇ ਸਾਰੀਆਂ ਸਥਾਈ ਨਿਵਾਸ ਅਰਜ਼ੀਆਂ ਦੇ ਲਈ ਦੇਹ ਦੇ ਇਮੀਗ੍ਰੇਸ਼ਨ ਫੀਸ ਦੇ ਵਿੱਚ ਔਸਤਨ 12% ਦੇ ਵਾਧੇ ਦਾ ਐਲਾਨ ਕੀਤਾ ਵਾਧੇ ਦੇ ਖਰਚੇ 30 April 2024 ਤੋਂ ਲਾਗੂ ਹੋਣਗੇ IRCC ਹਰ 2 ਸਾਲਾਂ ਬਾਅਦ ਫੀਸਾਂ ਦੀ ਸੋਧ ਕਰਦਾ ਤੇ ਆਖਰੀ ਵਾਧਾ April 2022 ਦੇ ਵਿੱਚ ਕੀਤਾ ਗਿਆ ਸੀ ਹਾਲਾਂਕਿ ਇਹ ਮਾਮੂਲੀ ਤੈਨਾ ਪ੍ਰਤੀਸ਼ਤ ਸੀ ਅਧਿਕਾਰੀਆਂ ਦੇ ਅਨੁਸਾਰ ਨਵੀਆਂ ਦਰਾਂ ਪਿਛਲੇ 2 ਸਾਲਾਂ ਦਰਾਨ ਸਟੈਟਿਸਟਿਕਸ ਕੈਨੇਡਾ ਦੁਆਰਾ ਜਾਰੀ ਕੀਤੇ ਗਏ ਹਫਤਕਾਰ ਮੁੱਲ ਸੂਚਕਾਂਕਦ ਵਿੱਚ ਸੰਚਤਾ ਪ੍ਰਤੀਸ਼ਾਤਾ ਵਾਧੇ ਦੇ ਆਧਾਰਿਤ ਹਨ ਜੋ ਕਿ ਨਿਦੇਕੇ 5 ਡਾਲਰ ਤੱਕ ਹਨ ਨਵੀਆਂ ਦਰਾਂ ਦੇ ਅਨੁਸਾਰ ਦੇ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਮੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 950 ਡਾਲਰ ਪ੍ਰੋਸੈਸਿੰਗ ਫੀਸ ਤੋਂ ਇਲਾਵਾ ਸਥਾਈ ਨਿਵਾਸ ਫੀਸ ਦੇ ਅਧਿਕਾਰ ਦੇ ਵਜੋਂ 575 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਅਗਲੀ ਖਬਰ ਹੈ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲਾਂ ਅਸਾਮੀਆਂ ਦੇ ਲਈ ਚੱਲ ਰਹੀ ਬੰਪਰ ਭਰਤੀ। 4 April ਤੋਂ ਪਹਿਲਾਂ ਕਰ ਲੋ ਆਨਲਾਈਨ ਅਪਲਾਈ ਜਾਣੋ ਪੂਰਾ ਬੇਰਬਾ। ਪੰਜਾਬ ਦੇ ਨੌਜਵਾਨਾਂ ਦੇ ਲਈ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਬਹੁਤ ਹੀ ਖਾਸ ਮੌਕਾ ਹੈ ਜਿਹੜੇ ਨੌਜਵਾਨ ਸਰਕਾਰੀ ਨੌਕਰੀ ਦੇ ਤਲਾਸ਼ਕਾਰ ਹੰਤਾ ਉਹਨਾਂ ਨੂੰ ਦੱਸ ਦਈਏ ਕਿ ਇਸ ਸਮੇਂ ਪੰਜਾਬ ਪੁਲਿਸ ਦੇ ਵਿੱਚ ਕੌਨਸਟੇਬਲ ਦੀਆਂ ਬੰਪਰ ਸਾਮੀਆਂ ਦਲੇ ਅਰਜ਼ੀਆਂ ਭਰੀਆਂ ਜਾ ਰਹੀਆਂ ਹਨ ਅਪਲਾਈ ਕਰਨ ਦੇ ਆਖਰੀ ਤਰੀਕਾ ਕੁਝ ਦਿਨਾਂ ਬਾਅਦ ਆਰੀਆ ਜੇਕਰ ਤੁਸੀਂ ਹਜੇ ਤੱਕ ਫਾਰਮ ਨਹੀਂ ਭਰਿਆ ਤਾਂ ਹੁਣੇ ਪ੍ਰਸਤੋ ਇਲਬਾਦ ਤੁਹਾਨੂੰ ਇਹ ਮੌਕਾ ਨਹੀਂ ਮਿਲੇਗਾ ਇਹ ਭਰਤੀਆਂ ਪੰਜਾਬ ਪੁਲ ਦੇ ਵੱਲੋਂ ਕੀਤੀਆਂ ਗਈਆਂ ਹਾਂ ਤੇ ਇਸ ਤਹਿਤ ਕੌਨਸਟੇਬਲ ਦੀਆਂ 1700 ਤੋਂ ਬਾਅਦ ਸਾਮੀਆਂ ਤੇ ਉਮੀਦਵਾਰ ਨਿਯੋਗਤ ਕੀਤੇ ਜਾਣਗੇ ਜਾਣੋ ਇਹਨਾਂ ਦੇ ਨਾਲ ਜੁੜੇ ਅਹਿਮਾ ਬੇਰਬੇ ਐਸਆ ਭਰਤੀ ਮੁਹਿੰਮ ਦਾ ਰਹੀਂ ਪੰਜਾਬ ਪੁਲਿਸ ਦੇ ਬੇਜਾ ਕੌਨਸਟੇਬਲ ਦੀਆਂ ਕਾਲਾ 1746 ਅਸਾਮੀਆਂ ਦੇ ਲਈ ਅਮੀਰਵਾਰਾਂ ਦੇ ਭਰਤੀ ਕੀਤੇ ਆਵੇਗੇ ਤੇ ਇਹਨਾਂ ਦੇ ਲਈ ਅਰਜ਼ੀਆਂ ਸਿਰਫ ਆਨਲਾਈਨ ਦਿੱਤੀਆਂ ਜਾ ਸਕਦਾਂ ਤੇ ਅਜਾ ਕਰਨ ਦੇ ਲਈ ਤੁਹਾਨੂੰ ਪੰਜਾਬ ਪੁਲਿਸ ਦੇ ਅਧਿਕਾਰਤ ਵੈਬਸਾਈਟ ਤੇ ਜਾਣਾ ਪਵੇਗਾ ਤੇ ਹਦਾ ਪਤਾ ਹੈ ਪੰਜਾਬਪੁਲਿਸ.gov.in ਇਹਨਾਂ ਅਰਜ਼ੀਆਂ 14 ਮਾਰਚ ਤੋਂ ਸਵਾਰ ਕੀਤਾ ਜਾ ਰਹੀਆਂ ਤੇ ਫਾਰਮ ਭਰਨ ਦੀ ਆਖਰੀ ਮਿਤੀ ਅੱਜ ਤੋਂ 4 ਦਿਨ ਬਾਅਦ 4 April 2024 ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਘੰਟਾਲ ਬਟਨ ਨੂੰ ਦਬਕ ਕੇ 올 ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ ਨਹੀਂ ਲੜਨਗੇ ਲੋਕ ਸਭਾ ਚੋਣਾਂ। ਤਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੈ ਕੇ ਵੱਡਾ ਐਲਾਨ ਕੀਤਾ ਹੈ ਬਾਦਲ ਨੇ ਪਾਰਟੀ ਆਗੂਆਂ ਜ਼ਿਲ੍ਹਾ ਪਾਰਟੀ ਪ੍ਰਧਾਨਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲ ਸੂਬਾਈ ਸੰਸਦੀ ਸੀਟਾਂ ਦੇ ਲਈ ਅਮੀਰਵਾਰਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਦਿਨ ਚੱਲੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਲੋਕ ਸਭਾ ਚੋਣਾਂ ਨਹੀਂ ਲੜਨਗੇ ਪੱਤਰਕਾਰਾਂ ਦੇ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਉਥੇ ਦੂਜੇ ਪਾਸੇ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਸੇ ਵੀ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਤੇ ਇਸ ਨੂੰ ਲੈ ਕੇ ਬਾਦਲ ਨੇ ਕਹਿ ਕੇ ਸੰਭਾਵਿਤ ਉਮੀਦਵਾਰਾਂ ਦੇ ਨਾਵਾਂ ਤੇ ਚਰਚਾ ਚੱਲ ਰਹੀ ਹੈ ਤੇ ਉਹਨਾਂ ਦਾ ਕਹਿਣਾ ਕਿ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕੀਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਬੈਚ ਲੋਕ ਸਭਾ ਚੋਣਾਂ ਆ ਕੱਲਿਆਂ ਲੜ ਰਿਹਾ ਕਿਉਂਕਿ ਪਾਰਟੀ ਪਾਈਪਾ ਦੇ ਨਾਲ ਘੜ ਜੋੜ ਨਹੀਂ ਕਰ ਸਕੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ 7 ਗੇੜਾਂ ਵਾਲੀਆਂ ਆਮ ਚੋਣਾਂ ਦੇ ਆਖਰੀ ਪੜਾਅ ਦੇ ਵਿੱਚ ਇੱਕ ਜੂਨ ਨੂੰ ਵੋਟਾਂ ਪੈਣਗੀਆਂ ਪੰਜਾਬ ਵਿੱਚ ਕੋਈ ਵੀ ਖਰੀਦ ਦਾ ਕੇਂਦਰ ਬੰਦ ਨਹੀਂ ਕੀਤਾ ਗਿਆ ਤੇ ਨਾ ਹੋਵੇਗਾ ਪੰਜਾਬ ਸਰਕਾਰ ਦਾ ਸਪਸ਼ਟਿਕਰਨ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ 11 ਕਾਰਪੋਰੇਟ ਸੈਲੋ ਖਰੀਦ ਦਾ ਕੇਂਦਰ ਦੇ ਬਜੂ ਅਲਰਟ ਕੀਤੇ ਜਾਣ ਨੂੰ ਲੈ ਕੇ ਕਿਸਾਨ ਜੂਨੀਆਨਾ ਅਤੇ ਵਿਰੋਧੀ ਪਾਰਟੀਆਂ ਦੇ ਵਿੱਚ ਆ ਵਿਰੋਧ ਹੈ ਪਰ ਪੰਜਾਬ ਮੰਡੀ ਬੋਰਡ ਨੇ ਕਹਿ ਕੇ ਪਿਛਲੇ ਸਾਲ ਵੀ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ 10 ਸਾਈਲੋ ਖਰੀਦਾ ਤੇ ਭੰਡਾਰਨਾ ਕੇਂਦਰਾਂ ਤੇ ਵੱਜੋਂ ਵਰਤੇ ਗਏ ਸਨ ਇਸ ਦੌਰਾਨ ਪੰਜਾਬ ਸਰਕਾਰ ਨੇ ਮੌਜੂਦਾ 11 ਸਾਈਲੋ ਦੀ ਸੂਚੀ ਦੇ ਵਿੱਚ ਇੱਕ ਹੋਰ ਸਾਈਲੋ ਸ਼ਾਮਲ ਕੀਤਾ ਤੇ ਇਸ ਦੇ ਨਾਲ ਇਹ ਕੁੱਲ ਗਿਣਤੇ 12 ਹੋ ਗਿਆ 12ਵਾਂ ਐਲਟੀ ਫੂਡ ਦਾ ਸਾਈਲੋ ਅੰਮ੍ਰਿਤਸਰ ਦੇ ਪਿੰਡ ਭਗਤਾਂ ਬਲੰਦ ਵਿੱਚ ਆਜਾਦੇ ਕੁੱਲ ਸਮਰਥਾ 50000 ਟਨਾਂ 12ਵੀਂ ਸੈਲੋਦਲੀ ਨੋਟੀਫਿਕੇਸ਼ਨ 2 ਮਾਰਚ ਨੂੰ ਜਾਰੀ ਕੀਤਾ ਗਿਆ ਸੀ ਜਦੋਂ ਕਿ ਬਾਕੀ 11 ਦਲੇ ਨੋਟੀਫਿਕੇਸ਼ਨ 15 ਮਾਰਚ ਨੂੰ ਜਾਰੀ ਕੀਤਾ ਗਿਆ ਸੀ ਮੰਡੀ ਬੋਰਡ ਦੇ ਇੱਕ ਅਸੂਤਰ ਨੇ ਦੱਸਿਆ ਕਿ ਹੁਣ ਨੌਜਿਲਾਂ ਦੇ ਵਿੱਚੋਂ ਕੁੱਲ 12 ਸੈਲੋ ਹਨ ਤੇ ਜਿਨ੍ਹਾਂ ਦੇ ਵਿੱਚ 7.75 ਲੱਖ ਟਨ ਅਨਾਜ ਦਾ ਭੰਡਾਰਨ ਸਮਰਥਾ ਹੈ ਹਾਲਾਂਕਿ ਕਿਸਾਨ ਪੰਜਾਬ ਸਰਕਾਰ ਦੇ ਇਸ ਦਲੀਲ ਨੂੰ ਮੰਨਣ ਦੇ ਲਈ ਤਿਆਰ ਨਹੀਂ ਹਨ ਵੀ ਕਿ ਜੋ ਉਗਰਾਣ 3 April ਤੋਂ ਲੈ ਕੇ 5 April ਤੱਕ ਸੁਬੇ ਭਰ ਦੇ ਸਾਰੇ ਆਪ ਵਿਧਾਇਕਾਂ ਨੂੰ ਚੇਤਾਵਨੀ ਪੱਤਰ ਜਾਰੀ ਕਰਨ ਦਾ ਐਲਾਨ ਕੀਤਾ ਤੇ ਉਹਨਾਂ ਨੂੰ ਹੁਕਮਾਂ ਵਾਪਸ ਲੈਣ ਦੇ ਲਈ ਕਿਹਾ ਹੈ। ਇਹਨਾਂ ਹੁਕਮਾਂ ਦੇ ਵਿਰੋਧਾ 8 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਚੰਡੀਗੜ੍ਹ ਦੇ ਵਿੱਚ ਵਿਸਾਲ ਰੋਹ ਸ਼ਰੈਲੀ ਕਰਨ ਦੀ ਜੋਇਨਾ ਬਣਾਈ ਹੈ। ਕਿ ਭਾਰਤ ਵਿੱਚ ਨਹੀਂ ਚੱਲਣਗੀਆਂ ਪੈਟਰੋਲ ਐ ਡੀਜ਼ਲ ਵਾਲੀਆਂ ਗੱਡੀਆਂ ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ। ਭਾਰਤ ਨੂੰ ਗ੍ਰੀਨ ਇਕਨੋਮੀ ਬਣਾਉਣ ਦੇ ਆਪਣੇ ਬਲਾਸ਼ੀ ਟੀਚੇ ਦੇ ਸਹਾਰੇ ਵੱਜੋਂ ਕੇਂਦਰੀ ਮੰਤਰੀ ਨਿਤਨ ਗੜਕਰੀ ਹਾਈ ਬ੍ਰੈਡ ਬਣਾ ਤੇ ਜੀਐਸਟੀ ਨੂੰ ਘਟਾ ਕੰਨਾ ਚਾਹੁੰਦੇ ਹਨ ਤੇ ਇਸ ਲਈ ਉਹਨਾਂ ਨੇ ਦੇਸ਼ ਨੂੰ 36 ਕਰੋੜ ਤੋਂ ਵੱਧ ਦਾ ਪੈਟਰੋਲ ਅਤੇ ਡੀਜ਼ਲ ਵਾਲੇ ਵਾਹਨਾਂ ਤੋਂ ਪੂਰੀ ਤਰ੍ਹਾਂ ਮੁਕਤਾ ਕਰਨ ਦਾ ਟੀਚਾ ਮਿਥਿਆ ਹੈ ਜਦੋਂ ਗੜਕਰੀ ਤੋਂ ਪੁੱਛਿਆ ਗਿਆ ਕਿ ਕੀ ਭਾਰਤ ਵਿੱਚ ਇਹ ਪੈਟਰੋਲ ਅਤੇ ਡੀਜ਼ਲ ਵਾਲੀਆਂ ਗੱਡੀਆਂ ਨੂੰ ਪੂਰੀ ਤਰ੍ਹਾਂ ਛੋਟਕਾਰਾ ਪਾਉਣਾ ਸੰਭਵ ਹੈ ਤਾਂ ਕੇਂਦਰੀ ਸੜਕੀ ਆਵਾਜਯਤ ਰਾਜਮਾਰਗ ਮੰਤਰੀ ਨੇ ਕਿਹਾ 100% ਦੀ ਪੀਟੀਏ ਨੂੰ ਦਿੱਤੇ ਗਿਆ ਇੱਕ ਇੰਟਰਵਿਊ ਦੇ ਵਿੱਚ ਆ ਗੱਡਕ੍ਰਿਨ ਕਹਿ ਕੇ ਮੁਸ਼ਕਲ ਹੈ ਪਰ ਅਸੰਭਵ ਨਹੀਂ ਇਹ ਮੇਰਾ ਨਜ਼ਰੀਆ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਈਦਨ ਬ੍ਰਾਮ ਦਾਤੇ 16 ਲੱਖ ਕਰੋੜ ਰੁਪਏ ਖਰਚ ਕਰਦਾ ਤੇ ਇਹ ਪੈਸਾ ਕਿਸਾਨ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਵਰਤਾ ਜਾਵੇਗਾ ਦੇ ਨਾਲ ਪਿੰਡ ਖੁਸ਼ਹਾਲ ਹੋਣਗੇ ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਗੱਡਕ੍ਰਿਨ ਨੇ ਐਸਾ ਅਬਲਾ ਸੀ ਟੀਚਰ ਨੂੰ ਪ੍ਰਾਪਤ ਕਰਨ ਦੇ ਲਈ ਕੋਈ ਸਮਾਂ ਸੀਮਾ ਨਹੀਂ ਦੱਸੀਆ ਜਿਸ ਨੂੰ ਗ੍ਰੀਨ એનર્ਜੀ ਦੇ ਸਮਰਥਕ ਵੀ ਬਹੁਤ ਮੁਸ਼ਕਲ ਸਮਝਦੇ ਹਨ ਘਟਕਰੀ ਦਾ ਕਹਿਣਾ ਹੈ ਕਿ ਹਾਈਬ੍ਰਿਡਾਂ ਬਣਾ ਤੇ ਜੀਐਸਟੀ ਘਟਾ ਕੇ 5% ਤੇ ਫਲੈਕਸ ਇੰਜਨਾਂ ਤੇ 12% ਕਰਨ ਦਾ ਪ੍ਰਸਤਾਵ ਵਿੱਤ ਮੰਤਰਾਲੇ ਨੂੰ ਭੇਜਿਆ ਗਿਆ ਜੋ ਕਿ ਇਸ ਮੰਗ ਤੇ ਵਿਚਾਰ ਕਰ ਰਿਹਾ ਹੈ ਅਗਲੀ ਖਬਰ ਪੰਜਾਬੀਆਂ ਨੂੰ ਬਿਜਲੀ ਦਰਾਂ ਦੇ ਵਾਜ ਤੇ ਵੱਡੀ ਰਾਹਤ ਇਸ ਤਰ੍ਹਾਂ ਹੋਵੇਗਾ ਫਾਇਦਾ ਪੰਜਾਬ ਦੇ ਬਿਜਲੀ ਖਪਤਕਾਰਾਂ ਤੇ ਇਸ ਵਿੱਤੀ ਸਾਲ 1 ਅਪ੍ਰੈਲ ਤੋਂ ਨਵੀਆਂ ਦਰਾਂ ਦਾ ਬੋਝ ਨਹੀਂ ਪੈਣ ਜਾ ਰਿਹਾ ਜਿਸ ਦੇ ਕਾਰਨ ਪੰਜਾਬ ਨੂੰ ਇਸ ਵਿੱਤੀ ਸਾਲ ਦੇ ਪਹਿਲੇ 2 ਮਹੀਨੇ ਪੁਰਾਣੇ ਰੇਟ ਤੇ ਬਿਜਲੀ ਮਿਲਦੀ ਰਹੇਗੀ ਇਹਦਾ ਫਾਇਦਾ ਪੰਜਾਬੀਆਂ ਦੇ ਨਾਲ ਹੀ ਖੁਦ ਪੰਜਾਬ ਸਰਕਾਰ ਨੂੰ ਹੋਵੇਗਾ ਕਿਉਂਕਿ ਮੁਫਤ ਬਿਜਲੀ ਦੀ ਸਬਸਿਡੀ ਖੁਦ ਪੰਜਾਬ ਸਰਕਾਰ ਹੀ ਦਿੰਦੀ ਹੈ ਬਿਜਲੀ ਦੀਆਂ ਦਰਾਂ ਦੇ ਵਿੱਚ ਆਵਾਜ਼ਾ ਨਾ ਹੁਣ ਕਰਕੇ ਪੰਜਾਬ ਸਰਕਾਰ ਨੂੰ ਬਿਲੀ ਦੀ ਸਬਸਿਡੀ ਪ੍ਰਾਣੀਆਂ ਦਰਾਂ ਤੇ ਪਾਵਰ ਕਾਮ ਨੂੰ ਦੇਣੀ ਪਵੇਗੀ। ਅਗਲੀ ਖਬਰਾਂ ਵੱਡੀ ਖੁਸ਼ਖਬਰੀ ਕਿਸਾਨ ਕ੍ਰੈਡਿਟ ਕਾਰਡ ਬਣ ਜਾਵੇਗਾ ਏਟੀਐਮ ਉਤਰਾਣ ਤ ਤਮਿਲਣਗੇ ਪੈਸੇ। ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਜੇਕਰ ਤੁਹਾਨੂੰ ਪੈਸੇ ਦੀ ਲੋੜ ਆ ਤਾਂ ਤੁਰੰਤ ਪ੍ਰਾਪਤ ਕਰ ਸਕੋਗੇ ਕਿਸਾਨਾਂ ਨੂੰ ਜਿਆਦਾ ਦੇਰ ਇੰਤਜ਼ਾਰ ਨਹੀਂ ਕਰਨਾ ਪਵੇਗਾ। ਹਾਲਾਂਕਿ ਇਹ ਸਹੂਲਤ ਸਿਰਫ ਕਿਸਾਨ ਕ੍ਰੈਡਿਟ ਕਾਰਡ ਧਾਰਕਾਂ ਦੇ ਲਈ ਉਪਲਬਧ ਹੋਵੇਗੀ ਖੇਤੀ ਮੰਤਰਾਲਾ। ਕਿਸਾਨਾਂ ਨੂੰ ਵੱਡੀ ਰਾਹਤ ਦੇਣ ਦੇ ਤਿਆਰੀ ਕਰ ਰਿਹਾ ਖੇਤੀਬਾੜੀ ਮੰਤਰਾਲੇ ਨੇ ਇਸ ਦੇ ਲਈ ਕਹਿ ਕੇ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ ਮੰਤਰਾਲੇ ਦੇ ਮੁਤਾਬਕ ਇਸ ਸਮੇਂ ਤਕਰੀਬਨ 8 ਕਰੋੜ ਕਿਸਾਨ ਕ੍ਰੈਡਿਟ ਕਾਰਡ ਬਣਾਏ ਗਏ ਹਨ ਤੇ ਇਸ ਵਿੱਚ ਖੇਤੀ ਕਰਨ ਵਾਲੇ ਕਿਸਾਨਾਂ ਦੇ ਨਾਲ ਨਾਲ ਪਸ਼ੂ ਪਾਲਕ ਵੀ ਸ਼ਾਮਲ ਹਨ ਅੰਕੜਿਆਂ ਦੇ ਮੁਤਾਬਕ ਇਹਨਾਂ ਕਿਸਾਨ ਨੂੰ ਸਾਲ 2023-24 ਦੇ ਵਿੱਚ 20 ਲੱਖ ਰੁਪਏ ਦਾ ਕਰਜ਼ਾ ਦਿੱਤਾ ਗਿਆ ਹੈ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦੀ ਸਮੀਖਿਆ ਕਰਨ ਲਈ ਇੱਕ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਕਮੇਟੀ ਵਿੱਚ ਖੇਤੀਬਾੜੀ ਮੰਤਰਾਲੇ ਤੋਂ ਇਲਾਵਾ ਵਿੱਤ ਮੰਤਰਾਲੇ, ਨਵਾਰਡ ਬੈਂਕਾਂ ਅਤੇ ਕਈ ਹੋਰ ਏਜੰਸੀਆਂ ਸ਼ਾਮਲ ਹੋਣਗੀਆਂ। ਮੰਤਰਾਲੇ ਦੇ ਮੁਤਾਬਕ ਜਲਦੀ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਤਾਂ ਜੋ ਜਲਦੀ ਤੋਂ ਜਲਦੀ ਸਮੀਖਿਆ ਕੀਤੀ ਜਾ ਸਕੇ। ਸਮੇਖਿਆ ਦਰਾਨਕ ਕਮੇਟੀ ਜਿਨ੍ਹਾਂ ਗੱਲਾਂ ਤੇ ਧਿਆਨ ਕੇਂਦਰਿਤ ਕਰੇਗੀ ਤੁਨਨ ਵਿੱਚ ਇੱਕ ਕਿਸਾਨ ਕ੍ਰੈਡਿਟ ਕਾਰਡ ਦੀ ਡਿਜੀਟਲ ਡਿਲੀਵਰੀ ਸਿੰਪਲੀਫਿਕੇਸ਼ਨਾਂ ਤੇ ਵੱਧ ਤੋਂ ਵੱਧ ਹੈ ਕਿ ਕਿਸਾਨਾਂ ਤੱਕ ਐਸਐਸਕੀਮ ਦਾ ਲਾਭ ਪਹੁੰਚਾਉਣਾ ਸ਼ਾਮਲ ਹੈ ਸੂਤਰਾਂ ਮੁਤਾਬਕ ਡਿਜੀਟਲ ਡਿਲੀਵਰੀ ਦਾ ਮਤਲਬ ਹੈ ਕਿ ਕ੍ਰੈਡਿਟ ਕਾਰਡ ਤੋਂ ਲੋਨ ਲੈਣ ਦੇ ਲਈ ਕਿਸਾਨ ਦੇ ਜ਼ਰੂਰੀ ਕਾਗਜ਼ਾਤ ਡਿਜੀਟਲ ਕੀਤੇ ਜਾਣ ਸੈਂਪਲੀਫਿਕੇਸ਼ਨ ਦਾ ਮਤਲਬ ਹੈ ਕਿ ਕਰਜ਼ਾ ਸਾਨਿਦ ਦੇ ਨਾਲ ਦਿੱਤਾ ਜਾ ਸਕਦਾ ਤੇ ਇਸ ਤਰ੍ਹਾਂ ਜੇਕਰ ਸਾਰੇ ਕਾਗਜ਼ਾਤ ਪਹਿਲੇ ਡਿਟੈਲ ਰੂਪ ਦੇ ਵਿੱਚ ਆ ਬੈਂਕ ਦੇ ਕੋਲ ਹੰਤਾ ਕਰ ਜਾ ਪ੍ਰਾਪਤ ਕਰਨ ਦੇ ਵਿੱਚ ਸਮਾਂ ਨਹੀਂ ਲੱਗੇਗਾ ਤੇ ਲੋੜ ਪੈਣ ਤੇ ਉਸੇ ਤਰ੍ਹਾਂ ਤਾ ਲੋਨ ਪ੍ਰਾਪਤ ਕਰ ਸਕੂੰਗੀ ਇਸ ਤਰ੍ਹਾਂ ਕਿਸਾਨ ਕ੍ਰੈਡਿਟ ਕਾਰਡ ਆਪਣੇ ਆਪ ਏਟੀਐਮ ਬਣ ਜਾਵੇਗਾ ਪੰਜਾਬੀ ਗਾਇਕ ਦੇ ਘਰ ਤੇ ਚਲਾਈਆਂ ਗੋਲੀਆਂ ਜਲੰਧਰ ਦੇ ਵਿੱਚ ਇੱਕ ਪੰਜਾਬੀ ਗਾਇਕ ਦੇ ਘਰ ਤੇ ਗੋਲੀਆਂ ਚਲਾਈਆਂ ਗੰਗਾ ਗਾयक ਨੂੰ ਕੌਇਦਨਾ ਤੋਂ ਜਾਣ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਗਾਇਕ ਦਾ ਦਾਵਾ ਕਿ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਗੈਂਗਸਟਰ ਉਸ ਨੂੰ ਨਾਲ ਕੰਮ ਕਰਨ ਦਾ ਦਬਾਅ ਬਣਾ ਰਹੇ ਹਣ ਤੇ ਜਿਸ ਸਮੇਂ ਉਸ ਦੇ ਘਰ ਤੇ ਫਾਇਰਿੰਗ ਹੋਈ ਆ ਉਹ ਚੰਡੀਗੜ੍ਹ ਦੇ ਵਿੱਚ ਪ੍ਰੋਗਰਾਮ ਕਰਨ ਦੇ ਲਈ ਗਿਆ ਹੋਇਆ ਸੀ ਸ਼ਾਹ ਨੇ ਕਹਿ ਕੇ ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਘਰ ਦੇ ਦਰਵਾਜ਼ੇ ਤੇ ਗੋਲੀਆਂ ਦੇ ਨਿਸ਼ਾਨ ਦੇਖ ਕੇ ਮੌਕੇ ਤੇ ਕੌਜਾ ਖੋਲ ਵੀ ਬਰਾਮਦ ਹੋਏ ਸਾਹਿਲ ਨੇ ਤ੍ਰੰਤ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਸੂਚਿਤ ਕੀਤਾ ਤੇ ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤਤਾ ਕੀਤਾ ਤੇ ਉਸ ਤੋਂ ਬਾਅਦ ਬਾਕੀ ਦੇ ਕਾਰਵਾਈ ਪੁਲਿਸ ਦੇ ਵੱਲੋਂ ਆਰੰਭ ਕਰ ਦਿੱਤੀ ਗਈ। ਭਾਰਬੀ ਮਾਮਲੇ ਦੇ ਮੁਲਜ਼ਮਾਂ ਪ੍ਰਦੀਪ ਕਲੇਰ ਨੂੰ ਮਿਲੀ ਜ਼ਮਾਨਤ। ਭਾਰਬੀ ਮਾਮਲੇ ਦੇ ਬੱਚਾ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਐਸ ਨੂੰ ਪੰਜਾਬ ਪੁਲਿਸ ਦੇ ਵੱਲ ਬਣਾਈ ਗਈ। ਐਸਆਈਟੀ ਨੇ ਇਸ ਸਾਲ ਫਰਵਰੀ ਦੇ ਬੱਚਾ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ। ਬੁੜਾਯਾਲਾ ਜ਼ਿਲ੍ਹੇ ਵਿੱਚ ਜਾਂ ਬੰਦ ਦਾ ਡੇਰਾ ਸਰਸਰ ਵਿੱਚ ਅਹਿਮ ਔਦਿਆਂ ਤੇ ਰਹੇ ਪ੍ਰਦੀਪ ਕਲਰ ਦੀ ਪਤਨੀ ਨੇ ਹਾਲ ਹੀ ਦੇ ਵਿੱਚ ਜਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਰੱਖਿਆ ਦੇ ਅਪੀਲ ਕਰਦੇ ਹੋਏ ਕਿਹਾ ਕਿ ਡੇਰੇ ਦੇ ਵਿੱਚ ਉਸ ਨੂੰ ਅਤਿਆਹ ਦੇ ਪਰਿਵਾਰ ਨੂੰ ਖਤਰਾ ਹੈ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਇੱਕ ਸਾਲ ਦੇ ਵਿੱਚ 2500 ਰੁਪਏ ਤੋਂ ਜ਼ਿਆਦਾ ਦੀ ਗਰਾਵਟ ਦੇ ਦੇ ਚਾਰੇ ਮਹਾਨਗਰਾਂ ਦੇ ਵਿੱਚ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਅਤੇ ਇਸ ਵਾਰ ਇਹ ਕਟੌਤੀ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਹੋਈ ਹੈ ਆਈਓਸੀਐਲ ਦੀ ਵੈਬਸਾਈਟ ਦੇ ਮੁਤਾਬਕ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤਾਂ ₹30 ਤੋਂ ਵੱਧ ਘਟਾਈ ਗਈ ਹੈ ਜਦੋਂ ਕਿ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਮਾਰਚ ਮਹੀਨੇ ਵਿੱਚ ਵਾਧਾਈ ਗਈ ਸੀ ਹਾਲਾਂਕਿ ਪਿਛਲੇ 1 ਸਾਲ ਦੇ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ₹250 ਤੋਂ ਜ਼ਿਆਦਾ ਦੀ ਕਟੌਤੀ ਦਰਜ ਕੀਤੀ ਗਈ ਹੈ